ਮਾੜਾ ਆ, ਤੁਸੀਂ ਦੇਖੋਗੇ ਤਾਂ ਵੀਡੀਓ ਜ਼ਰੂਰ ਚੈੱਕ ਕਰਿਓ। ਉਹ ਦੋ ਸ਼ੋਆਂ ਦੀ ਅਲੱਗ ਅਲੱਗ ਵੀਡੀਓਜ਼ ਨੇ ਅਤੇ ਉਹਨੂੰ ਜਾਣ ਕੇ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਵੀ ਸਿੱਧੂ ਨੇ ਦੁਬਾਰਾ ਫੇਰ ਕੇ ਕਿਹਾ ਜਾਂ ਸਿੱਧੂ ਨੇ ਕਿਵੇਂ ਪਰ ਉਹ ਨਹੀਂ ਕਰ ਰਿਹਾ, ਇਹ ਸਿਰਫ ਨੰਬਰ ਕੋਟਣ ਲਈ ਬਦਨਾਮੀ ਕਰਨ ਦੀ ਕੋਈ ਨਾ ਕੋਈ ਕੋਸ਼ਿਸ਼ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਅਕਸਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਬੀਤੇ ਦਿਨੀ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਚਰਚਾ ਵਿੱਚ ਆਇਆ, ਕਿਹਾ ਇਹ ਜਾ ਰਿਹਾ ਹੈ ਕਿ ਉਸਨੇ ਆਪਣੇ ਲਾਈਵ ਸ਼ੋਅ ਦੌਰਾਨ ਗੀਤ ਗਾ ਫਿਰ ਮਾਈ ਭਾਗੋ ਦੀ ਬੇਅਦਬੀ ਕੀਤੀ ਹੈ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਇਸ ਬਾਰੇ ਆਪਣੀ ਸਫਾਈ ਪੇਸ਼ ਕੀਤੀ। ਦੇਖਦੇ ਹਾਂ ਉਹ ਪੂਰੀ ਵੀਡੀਓ। ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨੇ ਸਾਰੇ ਗਾਣੇ ਨਾਲ ਪਿਆਰ ਦੇ ਰਹੇ ਹੋ, ਸ਼ੋਆਂ 'ਤੇ ਆ ਰਹੇ ਹੋ, ਸਾਰੇ ਸ਼ੋਅ ਹਾਊਸਫੁੱਲ ਜਾ ਰਹੇ ਆ ਬਾਈ, ਅਤੇ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਸਾਰਿਆਂ ਦਾ, ਸਾਰੇ ਆਸਟ੍ਰੇਲੀਆ ਦਾ ਬਹੁਤ ਬਹੁਤ ਥੈਂਕ ਯੂ। ਅਤੇ ਪਿੱਛੇ ਔਕਲੈਂਡ ਸ਼ੋਅ ਕੀਤਾ ਅਤੇ ਕੱਲ੍ਹ ਐਡੀਲੇਡ ਸ਼ੋਅ ਸੀ। ਮੈਂ ਨਾ ਹੁਣੀ ਯਾਰ ਉਹੀ ਸਿਸਟਮ ਮੈਂ ਹੁਣੀ ਦੇਖ ਰਿਹਾ ਸੀਗਾ, ਮੈਨੂੰ ਇੱਕ ਇੱਧਰ ਉੱਧਰੋਂ ਫੋਨ ਆਏ ਦੋ ਤਿੰਨ ਨਾ ਆਪਣੇ ਦੋਸਤ ਮਿੱਤਰਾਂ ਦੇ, ਵੀ ਆਪਣੀ ਕੋਈ ਵੀਡੀਓ ਚਲਾ ਰਿਹਾ ਕੱਲ੍ਹ ਵਾਲੇ ਐਡੀਲੇਡ ਸ਼ੋਅ ਦੀ ਅਤੇ ਔਕਲੈਂਡ ਵਾਲੇ ਸ਼ੋਅ ਦੀ, ਦੋਨਾਂ ਦੀ ਕੱਟ ਕੇ ਅਤੇ ਉੱਤੇ ਗਲਤ ਖਬਰ ਬਣਾ ਕੇ ਪਾਈ ਜਾਂਦੇ ਨੇ ਵੀ ਸਿੱਧੂ ਨੇ ਜੀ ਉਹੀ ਫਿਰ ਵੀ ਮਾਈ ਭਾਗੋ ਜੀ ਬਾਰੇ ਗਾਣਾ ਲਾਇਆ, ਦੁਬਾਰੇ ਗਾਣਾ ਗਾਇਆ ਅਤੇ ਫਿਰ ਕਹਿ ਰਿਹਾ ਵੀ ਪੱਤਰਕਾਰ ਵੀ ਆਹ ਦੂਜਿਆਂ ਨੂੰ ਕਹਿ ਰਿਹਾ ਮੈਂ ਦੁੱਕੀ ਤਿੱਕੀਆਂ ਨੂੰ ਜਾਣਦਾ ਨਹੀਂ, ਕੋਈ ਫਲਾਨਾ ਧਮਕਾ ਜੇ ਵੋ, ਹੈ ਨਾ, ਕਿ ਉਹੀ ਗਲਤ ਵੀਡੀਓ ਬਣਾ ਕੇ ਉਹਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਲੋਕਾਂ ਦੇ ਵਿੱਚ, ਯਾਨੀ ਕਿ ਉਹੀ ਗੱਲਾਂ ਫਿਰ ਪੈਰ ਲਾਈਆਂ ਜਾ ਰਹੀਆਂ ਵੀ ਸਿੱਧੂ ਨੇ ਦੁਬਾਰੇ ਫਿਰ ਕਰਤਾ ਜੀ, ਸਿੱਧੂ ਨੇ ਉਹ ਕਰਤਾ, ਸਿੱਧੂ ਨੇ ਆਹ ਕਰਤਾ ਨਾ। ਦੇਖੋ ਜੀ ਮੈਨੂੰ ਵੀ ਪਤਾ ਹੈ ਨਾ ਵੀ ਕਿੱਥੋਂ ਕਿੱਥੋਂ ਕੀ ਚੱਲ ਰਿਹਾ, ਠੀਕ ਹੈ ਨਾ। ਉਹਦੇ ਵਿੱਚ ਕੀ ਹੈ ਸ਼ੋਅ ਵਾਲੇ ਦੇ ਵਿੱਚ ਹੁਣ ਉਹਦੇ 'ਚ ਕੀ ਹੋਇਆ, ਜਿਹੜਾ ਜਿਹਦੇ 'ਚ ਮੇਰੇ ਬੰਨੀ ਨੀਲੀ ਪੱਗ ਉਹ ਤਾਂ ਸੀਗਾ ਔਕਲੈਂਡ ਵਾਲਾ ਸ਼ੋਅ, ਅਤੇ ਜਿਹੜਾ ਉਹ ਗਾਣੇ ਵਾਲੀ ਗੱਲ ਕਹਿ ਰਹੇ ਨੇ ਉਹ ਸੀਗਾ ਐਡੀਲੇਡ ਦਾ ਸ਼ੋਅ। ਕੀ ਕੀਤਾ ਇਹਨਾਂ ਨੇ, ਦੋਨਾਂ ਸ਼ੋਆਂ ਦੀਆਂ ਵੀਡੀਓ ਇਕੱਠੀਆਂ ਕਰਕੇ ਐਡਿਟ ਕਰਕੇ ਹੁਣ ਸਾਰੇ ਚੈਨਲ ਪੀ ਟੀ ਸੀ ਪਤਾ ਨਹੀਂ ਕਿੱਥੇ ਸਪੈਕਟਰਮ ਕਿੱਥੇ ਕਿੱਥੇ ਚਲਾ ਰਹੇ ਨੇ ਜੀ, ਉਹੀ ਮਾਹੌਲ ਖਰਾਬ ਕਰਨ ਵਾਲੀ ਦੁਬਾਰੇ ਫਿਰ ਗੱਲ ਕਰ ਰਹੇ ਨੇ, ਹੈ ਨਾ। ਅਤੇ ਦੂਜੀ ਗੱਲ, ਕੱਲ੍ਹ ਸੀਗਾ ਸ਼ੋਅ ਜਿਹੜਾ ਸੀਗਾ ਕਲੱਬ ਸ਼ੋਅ ਸੀ, ਮੇਰਾ ਪਹਿਲਾ ਸ਼ੋਅ ਸੀ, ਹੈ ਨਾ, ਅਤੇ ਮੈਨੂੰ ਇਹ ਵੀ ਨਹੀਂ ਪਤਾ ਵੀ ਗਾਣੇ ਕਿਹੜੇ, ਹੈ ਨਾ, ਨਾ ਹੀ ਆਪਾਂ ਨੂੰ ਇਹ ਪਤਾ ਵੀ ਇਹ ਪੁਰਾਣੇ ਵਾਲਾ ਗਾਣਾ ਚਲਾ ਰਿਹਾ ਜਾਂ ਨਵੇਂ ਵਾਲਾ ਗਾਣਾ ਚਲਾ ਰਿਹਾ, ਅੜਬ ਮੁਟਿਆਰਾਂ ਵਾਲਾ, ਠੀਕ ਹੈ ਨਾ ਜੀ। ਉਹਦੇ 'ਤੇ ਡੀਜੇ 'ਤੇ ਗਾਣਾ ਚੱਲ ਪਿਆ, ਹੁਣ ਉਹਦੇ 'ਚ ਉਹ ਲੈਣ ਆ ਗਈ, ਮੈਂ ਤਾਂ ਨਹੀਂ ਗਾਇਆ ਹੈਗਾ ਬਾਈ, ਮੈਂ ਉਹ ਤੋਂ ਬਾਅਦ ਰਾਈਟ ਵੇ ਗਾਣਾ ਬੰਦ ਕਰਤਾ ਨਾ। ਉਹੀ ਚੀਜ਼ ਸਾਰੀ ਇਕੱਠੀ ਕਰਕੇ, ਹੈ ਨਾ, ਬਣਾ ਕੇ ਜੋੜ ਕੇ ਵੀ ਸਿੱਧੂ ਨੇ ਐਂ ਕਿਹਾ ਜੀ ਵੀ ਮੈਂ ਦੁੱਖੀ ਤਿੱਕੀ ਨੂੰ ਜਾਣਦਾ ਨਹੀਂ, ਹਾਂ ਮੈਂ ਕਿਹਾ ਸੀ, ਮੈਂ ਔਕਲੈਂਡ ਵਾਲੇ ਸ਼ੋਅ 'ਤੇ ਕਿਹਾ, ਮੈਂ ਉਹਨਾਂ ਪੱਤਰਕਾਰਾਂ ਨੂੰ, ਉਹਨਾਂ ਨੂੰ ਜਿਹੜੇ ਫੇਕ ਇੰਸਟਾਗ੍ਰਾਮ ਪੇਜ ਨੇ ਜਿਹੜੇ ਰਿਊਮਰਸ ਬਣਾਉਂਦੇ ਨੇ ਉਹਨਾਂ ਨੂੰ ਕਿਹਾ, ਮੈਂ ਹੁਣ ਵੀ ਕਹਿਣਾ ਵੀ ਉਹ ਗਲਤ ਸੀਗੇ, ਠੀਕ ਹੈ, ਅਤੇ ਉਹਨਾਂ ਨੂੰ ਮੈਂ ਕਿਹਾ, ਠੋਕ ਕੇ ਕਿਹਾ, ਹੈ ਨਾ। ਅਤੇ ਹੁਣ ਵੀ ਉਹ ਕੀ ਕੀਤਾ ਜਾ ਰਿਹਾ ਵੀ ਦੋਨਾਂ ਖਬਰਾਂ ਨੂੰ ਇਕੱਠੀਆਂ ਕਰਕੇ ਉਹ ਬਣਾ ਕੇ ਜਾ ਰਿਹਾ ਵੀ ਮੈਂ ਸਾਰਿਆਂ ਨੂੰ ਕਿਹਾ ਜੀ ਮੈਂ ਤਾਂ ਐਂ ਕਰੂੰਗਾ ਜਾਂ ਕੁਛ ਹੋਰ ਕਰੂੰ। ਦੇਖੋ ਮੈਂ ਕਹੀ ਸੀ ਪੱਤਰਕਾਰਾਂ ਨੂੰ, ਮੈਂ ਹੁਣ ਵੀ ਕਹਿਣਾ, ਠੀਕ ਹੈ, ਅਤੇ ਆਹ ਦੋ ਆਹ ਜਿਹੜੀ ਹੁਣ ਵੀ ਖਬਰ ਬਣੀ ਹੈ, ਇਹ ਪਹਿਲਾਂ ਵੀ ਇੱਕ ਪੱਤਰਕਾਰ ਦੋ ਤਿੰਨ ਪੱਤਰਕਾਰ ਮੇਰਾ ਖਾਸਾ ਮੋਹ ਕਰਦੇ ਨੇ, ਉਹਨਾਂ ਨੇ ਖਬਰ ਬਣਾਈ ਸੀ, ਤੋੜ ਮਰੋੜ ਕੇ ਚੀਜ਼ਾਂ ਨੂੰ ਪੇਸ਼ ਕਰ ਰਿਹਾ, ਬਸ ਮੈਂ ਤੁਹਾਨੂੰ ਇੰਨੀ ਕੀ ਗੱਲ ਕਹਿਣੀ ਸੀ, ਮੇਰਾ ਵੀਰ ਕਿਸੇ ਦੀਆਂ ਗੱਲਾਂ 'ਚ ਨਾ ਆਇਓ, ਸਹੀ ਨੂੰ ਸਹੀ ਆਖਿਓ, ਅਤੇ ਆਹ ਜਿਹੜੀਆਂ ਕੋਈ ਇੰਸਟਾਗ੍ਰਾਮ 'ਤੇ ਜਾਂ ਫੇਕ ਵੀਡੀਓ ਚੱਲ ਰਹੀਆਂ ਨੇ ਇਹਨਾਂ ਤੋਂ ਪਰਹੇਜ਼ ਕਰਿਓ, ਠੀਕ ਹੈ ਨਾ। ਕਿਸੇ ਨੇ ਕੁਛ ਨਹੀਂ ਕਿਹਾ ਹੈਗਾ, ਅਤੇ ਇਹ ਬਸ ਮਾਹੌਲ ਖਰਾਬ ਕਰਨ ਦੇ ਤਰੀਕੇ ਨੇ, ਅਤੇ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਫੇਰ ਵਿਗਾੜਨ ਦੇ ਵੀ ਜਾਂ ਇੱਦਾਂ ਕਰਨਾ ਜਾਂ ਉੱਦਾਂ ਕਰਨਾ, ਅਤੇ ਬਾਕੀ ਜਿਹੜੀਆਂ ਗੱਲਾਂ ਮੈਂ ਆਪ ਕਹੀਆਂ ਨੇ, ਹੈ ਨਾ, ਔਕਲੈਂਡ ਦੇ ਜਿੰਨਾ ਸ਼ੋਅ ਆਇਆ ਜਿੰਨੇ ਉੱਥੇ ਲੋਕ ਸੁਣਨ ਵਾਲੇ ਸੀ ਉਹਨਾਂ ਨੂੰ ਪਤਾ ਵੀ ਮੈਂ ਕੀ ਕਿਹਾ ਅਤੇ ਕੀ ਨਹੀਂ ਕਿਹਾ, ਹੈ ਨਾ। ਇਹ ਵਾਧੂ ਫੇਕ ਖਬਰਾਂ ਬਣਾਈ ਜਾਂਦੇ ਨੇ, ਅਤੇ ਇਹਨਾਂ ਚੀਜ਼ਾਂ ਤੋਂ ਬਈ ਪਰਹੇਜ਼ ਕਰਿਓ, ਚੈੱਕ ਕਰ ਲਿਓ, ਜੇ ਮਾੜਾ ਜਿਹਾ ਤੁਸੀਂ ਦੇਖੋਗੇ ਤਾਂ ਵੀਡੀਓ ਜ਼ਰੂਰ ਚੈੱਕ ਕਰਿਓ। ਉਹ ਦੋ ਸ਼ੋਆਂ ਦੀ ਅਲੱਗ ਅਲੱਗ ਵੀਡੀਓਜ਼ ਨੇ ਅਤੇ ਉਹਨੂੰ ਜਾਣ ਕੇ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਵੀ ਸਿੱਧੂ ਨੇ ਦੁਬਾਰਾ ਫੇਰ ਕੇ ਕਿਹਾ ਜਾਂ ਸਿੱਧੂ ਨੇ ਕਿਵੇਂ ਪਰ ਉਹ ਨਹੀਂ ਕਰ ਰਿਹਾ, ਇਹ ਸਿਰਫ ਨੰਬਰ ਕੋਟਣ ਲਈ ਕਿਸੇ ਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਕਰ ਰਹੇ, ਜੋ ਦੋ ਦਿਨ ਪਹਿਲਾਂ ਫੋਟੋ ਵਾਲੀ ਸਾਜ਼ਿਸ਼ ਕਰ ਰਹੇ ਸੀ ਹੁਣ ਆਹ ਕਰ ਰਹੇ ਆ, ਅਤੇ ਵੀ ਯਾਨੀ ਕਿ ਇਹਨਾਂ ਚੀਜ਼ਾਂ ਤੋਂ ਬਚਿਓ ਬਾਈ, ਇਹ ਸਿਰਫ ਬਦਨਾਮੀ ਕਰਨ ਦੀ ਕੋਈ ਨਾ ਕੋਈ ਕੋਸ਼ਿਸ਼ ਆ, ਅਤੇ ਖਿਆਲ ਰੱਖਿਓ ਇਹਨਾਂ ਚੀਜ਼ਾਂ ਤੋਂ ਬਚਿਓ। ਤੁਹਾਨੂੰ ਬਥੇਰੇ ਲੋਕ ਵੀਡੀਓ ਦਿਖਾਉਣਗੇ ਚੈਨਲਾਂ 'ਤੇ ਚਲਾ ਰਹੇ ਨੇ ਵੀਡੀਓ, ਪਰ ਇੱਦਾਂ ਦਾ ਕੋਈ ਚੱਕਰ ਨਹੀਂ, ਨਾ ਕਿਸੇ ਨੇ ਕੁਛ ਵੀ ਕਿਹਾ। ਉਹ ਇੱਕ ਗਾਣਾ ਸੀ ਉਹ ਵੀ ਉੱਥੇ ਹੀ ਬੰਦ ਕਰਤਾ ਸੀ, ਕਿਉਂਕਿ ਉਹ ਡੀ ਜੇ 'ਤੇ ਗਾਣਾ ਚੱਲ ਰਿਹਾ ਸੀਗਾ, ਪਿੱਛੇ ਨਾ ਸੀ ਡੀ 'ਤੇ ਗਾਣਾ ਚੱਲ ਰਿਹਾ ਸੀ ਕਿਉਂਕਿ ਕਲੱਬ ਸ਼ੋਅ ਸੀਗਾ। ਅਤੇ ਜਿਹੜਾ ਦੂਜੀ ਗੱਲ ਹੈ, ਦੂਜਾ ਉਹ ਸ਼ੋਅ ਹੈਗੀ ਔਕਲੈਂਡ ਦੀ ਵੀਡੀਓ, ਲਾਈਵ ਸ਼ੋਅ ਦੇ ਵਿੱਚ ਉਹ ਇੱਕ ਲਾਈਵ ਸੀ ਇੱਕ ਕਲੱਬ ਸੀ, ਦੋਨਾਂ ਨੂੰ ਇਕੱਠੀਆਂ ਕਰਕੇ ਉਹਦਾ
ਯਾਨੀ ਕਿ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੀ ਜਨਤਾ ਨੂੰ, ਠੀਕ ਹੈ ਨਾ ਜੀ, ਇੰਨੇ ਕੁ ਧਿਆਨ ਰੱਖਿਓ। ਸਿੱਧੂ ਮੂਸੇਵਾਲੇ ਦੇ ਦੱਸਣ ਅਨੁਸਾਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਵਾਇਰਲ ਹੋਈ ਵੀਡੀਓ ਵਿੱਚ ਦੋ ਸ਼ੋਜ਼ ਦੀ ਫੁਟੇਜ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜੋ ਦੇਖਣ ਵਾਲੇ ਵਿਅਕਤੀ ਨੂੰ ਬਿਲਕੁਲ ਸੱਚ ਜਾਪਦਾ ਹੈ। ਜੇਕਰ ਤੁਹਾਨੂੰ ਵੀ ਮੂਸੇਵਾਲੇ ਦੇ ਗੀਤ ਵਧੀਆ ਲੱਗਦੇ ਹਨ ਤਾਂ ਕਮੈਂਟਸ ਵਿੱਚ ਵੀ ਸਪੋਰਟ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਣਾ। ਇਸ ਦੇ ਨਾਲ ਇਸ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।